रोशनी दा मेला पुरानी सब्जी मंडी रोशनी ग्राउंड लुधियाना में झंडे की रस्म के साथ ही रोशनी के 146वें मेले का हुआ आगाज। 25, 26, 27 को मनाए जाने वाले इस मेले में देश विदेश से संगतों द्वारा पहुंच रोशन पीर जी का आशीर्वाद लिया जाएगा। और वहीं गोसे आजम जा दस्तगीर ट्रस्ट की ओर से बताया गया है कि हर साल 3 दिवसीय मेले का आयोजन किया जाता है, जिसमें लाखों की संख्या में श्रद्धालु पहुंच आशीर्वाद प्राप्त करते हैं। आज झंडे की रस्म के साथ मेले का आगाज हुआ है और आई हुई संगतों के लिए लंगर पानी की विशेष व्यवस्था भी की जाती है। और क्या कहना था, या गोसे आजम दस्तगीर ट्रस्ट के पदाधिकारियों का। जनसर एक्सप्रेस टीवी के लिए लुधियाना से राजेश कुमार की रिपोर्ट। जनसर एक्सप्रेस टीवी देख रहे मेरे सारे दर्शकों नमस्कार, सत श्री अकाल ते आदाब। असी अज खड़े हाँ कपूर हॉस्पिटल के विच, जिथे रोशनी का मेला 146वां मेला जिहड़ा कि अज जिहड़ा स्टार्ट हो गया, जिहड़ा 25, 26, 27 तीन दिन चलेगा। तो आओ गलबात करते हैं जिहड़े उत्थे दे आगू ने जिहड़े मेले नू बिल्कुल इत्थे संबोधित करते हैं, आप उन्होंने बारे गल करांगे। हाँ जी सर, जिहड़ा मेला लगाया जा रहा उस बारे की कहना चाहते जी तुसीं? भाजी रोशनी का 146वां मेला वा, तो यह इतिहासिक मेला वा। ਇਹ ਹੁਣ ਦਾ ਨਹੀਂ ਜੀ, ਅਸੀਂ ਗੈਜਟ ਦੇ ਜਾਂ ਪੁਰਾਤਨ ਕੀ ਕਹਿੰਦੇ ਇਤਿਹਾਸ ਦੇ ਹਿਸਾਬ ਨਾਲ ਚੱਲੀਏ ਤਾਂ ਇਹ ਤੁਸੀਂ ਲਾ ਲਓ ਵੀ ਇਹ ਦਰਬਾਰ 500 ਸਾਲ ਪੁਰਾਣਾ ਆ, ਪਰ ਜੋ ਲਿਖਤੀ ਹੈ ਸਾਡਾ ਜੋ ਸਾਡੇ ਕੋਲ ਲਿਖਤੀ ਹੈ ਉਸ ਦੇ ਹਿਸਾਬ ਨਾਲ 146ਵਾਂ ਰੋਸ਼ਨੀ ਦਾ ਮੇਲਾ। ਅਤੇ ਇਤਿਹਾਸ 'ਚ ਵੀ ਦੱਸਿਆ ਗਿਆ ਵੀ ਇਹੀ ਇਹ ਰੋਸ਼ਨੀ ਦੇ ਮੇਲੇ ਜਦੋਂ ਪੁਰਾਣੇ ਟਾਈਮ ਦੇ ਵਿੱਚ ਲੋਕ ਆਉਂਦੇ ਸੀ ਇੱਥੇ ਇਰਾਕ ਦੇ ਜਾਂ ਈਰਾਨ ਦੇ, ਅਫਗਾਨਿਸਤਾਨ, ਪਾਕਿਸਤਾਨ ਦੇ, ਹਿੰਦੁਸਤਾਨ ਦੇ, ਤਾਂ ਇਸ ਮੇਲੇ ਦੀ ਇੱਕ ਖਾਸੀਅਤ ਹੈ ਵੀ ਰਾਤ ਨੂੰ ਉਹ ਇੱਥੇ ਲਿਆ ਕੇ ਆਪਣਾ ਪਸ਼ੂ ਬੰਨਦੇ ਸੀ ਅਤੇ ਇੱਥੇ ਰੋਸ਼ਨੀ ਕਰਦੇ ਸੀ, ਸਵੇਰੇ ਤੱਕ ਉਹ ਪਸ਼ੂ ਹਰਾ ਹੋ ਜਾਂਦਾ ਸੀਗਾ। ਵੀ ਜਿਨ੍ਹਾਂ ਨੂੰ ਬਿਮਾਰੀ ਸੀ ਉਹ ਰਾਤ ਨੂੰ ਇੱਥੇ ਪੀਰ ਦੀ ਦਰਗਾਹ 'ਤੇ ਚੌਂਕੀ ਭਰਦੇ ਸੀ, ਰੋਸ਼ਨੀ ਕਰਦੇ ਸੀ, ਅਤੇ ਅੱਗੇ ਅਗਲੇ ਦਿਨ ਉਹਨਾਂ ਦੀ ਜ਼ਿੰਦਗੀ 'ਚ ਸਵੇਰਾ ਹੋ ਜਾਂਦਾ ਸੀ। ਵੀ ਇਹ ਇਤਿਹਾਸ ਹੈ ਮੇਲੇ ਦਾ। ਜੋ ਤਕਰੀਬਨ ਕਿੰਨੀ ਕੁ ਸੰਗਤ ਆਉਂਦੀ ਹੈ ਅੱਜ ਜੋ ਮੇਲਿਆਂ ਦੇ ਵਿੱਚ ਚੱਲ ਰਿਹਾ ਤੁਹਾਡਾ ਮੇਲਾ 146ਵਾਂ ਮੇਲਾ, ਅੱਜ ਦੇ ਮੇਲੇ 'ਚ ਕਿੰਨੀ ਕੁ ਸੰਗਤ ਆ ਜਾਂਦੀ ਹੈ? ਭਾਜੀ ਇਹ 3 ਦਿਨਾਂ ਦੇ ਵਿੱਚ 25 ਤੋਂ 30 ਹਜ਼ਾਰ ਬੰਦਾ ਇੱਥੇ ਸਲਾਮ ਕਰਨ ਮੱਥਾ ਟੇਕਣ ਆਉਂਦਾ ਵਾ, ਜਿਹਦੇ ਵਿੱਚ ਹਿੰਦੂ, ਮੁਸਲਿਮ, ਸਿੱਖ, ਇਸਾਈ ਸਾਰੇ ਹੀ ਆਉਂਦੇ ਆ। ਇੱਥੇ ਕਿਸੇ ਤਰ੍ਹਾਂ ਦਾ ਵੀ ਇਹ ਨਹੀਂ ਹੈਗਾ ਵੀ ਕੱਟੜਤਾ, ਇੱਥੇ ਹਰ ਤਰ੍ਹਾਂ ਦਾ ਬੰਦਾ ਮੱਥਾ ਟੇਕਣ ਆਉਂਦਾ ਵਾ ਅਤੇ ਮੁਰਾਦਾਂ ਲੈ ਕੇ ਜਾਂਦਾ। ਉਹਨਾਂ ਲਈ ਕੋਈ ਖਾਸ ਪ੍ਰਬੰਧ ਤੁਹਾਡੇ ਵੱਲੋਂ ਕੀਤਾ ਜਾਂਦਾ? ਹਾਂਜੀ ਭਾਜੀ, ਟਰੱਸਟ ਵੱਲੋਂ ਖਾਸ ਪ੍ਰਬੰਧ ਆ। ਦੇਖੋ ਲੰਗਰ ਦਾ ਇੰਤਜ਼ਾਮ ਆ ਦਰਬਾਰ ਵੱਲੋਂ, 3 ਦਿਨ ਲੰਗਰ ਚੱਲੇਗਾ 25, 26, 27 ਨੂੰ, ਠੀਕ ਆ ਜੀ। ਮਹਿਮਾਨਾਂ ਲਈ ਖਾਸ ਇੰਤਜ਼ਾਮ ਆ। 3ਜੇ ਦਿਨ ਮਹਿਫਲ ਇਕਬਾਲ ਆ, ਜਿਹਦੇ ਵਿੱਚ ਦੂਰੋਂ ਦੂਰੋਂ ਮਹਿਮਾਨ, ਠੀਕ ਹੈ ਜੀ, ਲੀਡਰ ਸਾਹਿਬਾਨ ਸਾਰੇ ਇੱਥੇ ਸ਼ਿਰਕਤ ਕਰਦੇ ਆ। ਕੀ ਤੁਸੀਂ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੇਲੇ ਦੇ ਬਾਰੇ, ਇਨਵਾਈਟ ਕਰਨਾ ਚਾਹੁੰਦੇ ਜੀ? ਹਾਂਜੀ ਹਾਂਜੀ, ਆਮ ਪਬਲਿਕ ਚੈਨਲ ਦੇ ਮਾਧਿਅਮ ਤੁਸੀਂ ਇਨਵਾਈਟ ਕਰ ਸਕਦੇ ਜੀ ਆਮ ਪਬਲਿਕ ਨੂੰ। ਇਹੀ ਮੈਸੇਜ ਆ ਵੀ ਇੱਥੇ ਤੁਸੀਂ ਆ ਕੇ ਸਲਾਮ ਕਰੋ, ਮੱਥਾ ਟੇਕੋ, ਮੇਲੇ ਤੇ ਆਓ, ਹਾਜ਼ਰੀ ਭਰੋ ਤੇ ਵੱਧ ਤੋਂ ਵੱਧ ਦਾਤਾ ਜੀ ਤੋਂ ਝੋਲੀਆਂ ਭਰ ਕੇ ਲੈ ਕੇ ਜਾਓ। ਕੀ ਇਹ ਬਹੁਤ ਪੁਰਾਣਾ ਇਤਿਹਾਸਿਕ ਮੇਲਾ ਤੇ ਇਹਦੀ ਬਹੁਤ ਮਾਨਤਾ, ਫਿਰ ਦੂਰੋਂ ਦੂਰੋਂ ਪਾਕਿਸਤਾਨ ਦੇ ਟਾਈਮ ਜਦੋਂ ਹਿੰਦੁਸਤਾਨ ਆਜ਼ਾਦ ਨਹੀਂ ਹੋਇਆ ਸੀ ਉਦੋਂ ਦੀ ਇੱਥੇ ਜਿਹੜੀ ਸੰਗਤ ਆ ਕੇ ਇੱਥੇ ਰੋਸ਼ਨ ਪੀਰ ਜੀ ਦਾ ਸ਼ਹੀਦਵਾਰ ਲੈਂਦੀ ਸੀ ਅਤੇ ਅੱਜ ਵੀ ਉਦਾਂ ਹੀ ਚੱਲ ਰਿਹਾ ਅਤੇ ਲੱਖਾਂ ਦੀ ਤਾਦਾਦ ਦੇ ਵਿੱਚ ਇੱਥੇ ਜਿਹੜੀ ਸੰਗਤ ਦੇਸ਼ ਵਿਦੇਸ਼ ਤੋਂ ਆ ਕੇ ਇੱਥੇ ਆਪਣਾ ਆ ਕੇ ਅੱਜ ਵੀ ਇੱਥੇ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਨੇ। ਮੈਂ ਪੰਕਜ ਵਿਧਾਨ ਜਨਸਰ ਐਕਸਪ੍ਰੈਸ ਟੀਵੀ ਲਈ ਲੁਧਿਆਣੇ। ਹਾਂਜੀ, ਤੁਸੀਂ ਵੀ ਕੁਛ ਮੇਲੇ ਬਾਰੇ ਕੁਛ ਬਤਾਉਣਾ ਚਾਹੋਗੇ? ਦੇਖੋ ਸਾਡੇ ਪ੍ਰਧਾਨ ਜੀ ਨੇ ਜੋ ਵੀ ਕਿਹਾ ਜੀ, ਬਹੁਤ ਇੱਥੇ ਸੰਗਤ ਆਉਂਦੀ ਆ ਜੀ, ਬਹੁਤ ਮੱਥਾ ਟੇਕਦੀ ਆ ਜੀ, ਲੋਕਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ, ਸਾਡੀਆਂ ਵੀ ਮਨੋਕਾਮਨਾ ਪੂਰੀਆਂ ਹੋਈਆਂ। ਸਾਨੂੰ 20 ਸਾਲ ਹੋ ਗਏ ਸੇਵਾ ਕਰਦੇ ਨੇ ਜੀ। ਹਾਂਜੀ।